पई मारते कुहाड़े नाम गल बढ़ता जी पता लगे फोन करे थी जी पांच जी जी मेरा डैडी लड़ी जाता जी जिस दिन मैं आया तेरा डैथ जी बरनाला के पिंड भूरा च उस समय मातम छा गया जदों एक पति ने अवैध संबंधों का इल्जाम लगाते हुए पत्नी नूं कतल कर दिता। मामला बरनाला के पिंड भूरे का है जिथे एक पति अपनी पत्नी के अवैध संबंधों का शक करता सी ते अक्सर ही घर विच कलेश रहिंदा सी। जानकारी मुताबिक पति अपनी पत्नी नूं शराब पी के मार कुटाई करता सी। बीते दिन दोपहर जदों पत्नी सौ रही सी तां अचानक उसने तेजदार हथियारां नाल उसते हमला कर दिता ते उसका कतल कर दिता। भैण है जी मेरी। की नाम सी उन्हां दा जी? हरप्रीत कौर जी। 13 साल हो गए जी। घरेलू लड़ाई थी जी। घरेलू लड़ाई थी जी। अच्छा, तुहानू कैसे पता लग गया? फोन करे थी जी भांजी ने जी वी मेरा डैडी लड़ी जांदा जी ते जिस दिन मैं आया तां डैथ होई। किन्ने बच्चे है तुहाडी भैण दे? दो ने जी। ਕਿੰਨੀ ਦੇਰ ਵਿੱਚ ਬਿਆਨ? 13 ਸਾਲ ਹੋ ਗਏ। ਕਹਿ ਸਕਦੇ ਜੀ ਹੁਣ ਘਰੇ ਲੜਾਈ ਆਈ, ਹੁਣ ਭਾਣਜੀ ਨੇ ਫੋਨ ਕਰਿਆ ਸੀਗਾ। ਕੋਈ ਤਾਂ ਹੋ ਸਕਦੀ ਹੈ, ਕੋਈ ਤੁਹਾਡੇ ਮੁਤਾਬਕ ਕੀ ਕਹਿ ਸਕਦੇ ਜੀ? ਫਿਰ ਬਸ ਇਹੀ ਮੰਗ ਕਰਦੇ ਜੀ ਸਾਨੂੰ ਇਨਸਾਫ਼ ਮਿਲਣਾ ਚਾਹੀਦਾ। ਇਸ ਬਾਬਤ ਜਾਣਕਾਰੀ ਦਿੰਦੇ ਹੋਏ ਪਿੰਡ ਦੇ ਸਰਪੰਚ ਨੇ ਦੱਸਿਆ ਕਿ ਸ਼ਰਾਬੀ ਪਤੀ ਨੇ ਆਪਣੀ ਪਤਨੀ ਨੂੰ ਕਤਲ ਕਰ ਘਰੋਂ ਫਰਾਰ ਹੋ ਗਿਆ ਹੈ। ਉਹਨਾਂ ਘਟਨਾ ਬਾਰੇ ਜਾਣਕਾਰੀ ਮੀਡੀਆ ਨਾਲ ਸਾਂਝੀ ਕੀਤੀ। ਇਹ ਜੀ ਇਹਨਾਂ ਦੀ ਮੀਆਂ ਬੀਬੀ 'ਚ ਆਪਸ ਵਿੱਚ ਸ਼ੱਕ ਸੁਧਾ ਹੋਇਆ ਜੀ। ਇਹ ਤੜਕੇ ਮੇਰੇ ਕੋਲ ਆ ਕੇ ਗਈ ਸੀ ਜੀ, ਇਹ ਉਹ ਭੋਗ 'ਤੇ ਗਿਆ ਹੋਇਆ ਅਤੇ ਉਦੋਂ ਬਾਅਦ ਕਿਤੇ ਘਰ ਗਈ ਬਾਗੀ ਜਦੋਂ ਫਿਰ ਉਦੋਂ ਬਾਅਦ ਪੈ ਗਈ ਪਈ ਮਾਰਤੀ ਜੀ ਇਹਨੂੰ ਕੁਹਾੜੇ ਨਾਲ ਗਲ ਵੜਤਾ ਜੀ। ਕਹਿੰਦੀ ਤੀ ਜੀ ਵੀ ਮੈਂ ਪੇਕੀ ਜਾਂਦੀ ਹਾਂ। ਮੈਂ ਕਹਿੰਦੀ ਵਗ ਜਾ। ਫਿਰ ਉਦੋਂ ਬਾਅਦ ਕਹਿੰਦੀ ਵੀ ਉਹਨੂੰ ਭੋਗ ਤੋਂ ਆ ਜਾਂਦੇ, ਮੈਂ ਤੈਨੂੰ ਬੁਲਾ ਲੂੰ। ਉਦੋਂ ਪਹਿਲੀ ਮਾਰਤੀ ਜੀ, ਫਿਰ ਇਹ ਭੋਗ ਤੋਂ ਪਹਿਲੀ ਆ ਕੇ ਕਿਤੇ ਆ ਵੀ ਗਲਤ ਜਾਂਦੀ ਹੈ ਜੀ। ਹਾਂ ਜੀ, ਦਾਰੂ ਦਾ ਪੀਂਦੇ ਸੀ ਜੀ। ਰਾਤ ਵੀ ਕੋਈ ਝਗੜਾ ਹੋਇਆ? ਰਾਤ ਵੀ ਹੋਇਆ ਜੀ ਮਾੜਾ ਮੋਟਾ। ਹਾਂ, ਕਿੰਨੇ ਬੱਚੇ? ਕਿੰਨੇ ਜੀ? ਦੋ ਬੱਚੇ ਨੇ ਜੀ। ਉੱਧਰ ਇਸ ਮਾਮਲੇ ਸੰਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਧਨੌਲਾ ਦੇ SHO ਵਿਜੇ ਕੁਮਾਰ ਨੇ ਦੱਸਿਆ ਕਿ ਪੁਲਿਸ ਵੱਲੋਂ ਮੁਲਜ਼ਮ ਦੇ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਇਹ ਹਰਪ੍ਰੀਤ ਕੌਰ ਨਾਂ ਦੀ ਲੜਕੀ ਸੀ, ਉੱਥੇ ਮੈਰਿਡ ਸੀਗੀ, ਤਕਰੀਬਨ 10-12 ਸਾਲ ਤੋਂ ਮੈਰਿਡ ਸੀਗੀ ਅਤੇ ਉਹਦੇ ਹਸਬੈਂਡ ਦੇ ਉੱਤੇ ਡਾਊਟ ਕਰਦਾ ਸੀਗਾ ਟਰੈਕਟਰ ਦੇ ਰਿਗਾਰਡਿੰਗ। ਇਹਨਾਂ ਦਾ ਕਾਫੀ ਕਲੇਸ਼ ਰਹਿੰਦਾ ਸੀ, ਪਹਿਲੇ ਵੀ ਪੰਚਾਇਤੀ ਤੌਰ 'ਤੇ 2-3 ਵਾਰ ਹੋਇਆ ਪਰ ਉਹਦਾ ਡਾਊਟ ਨਹੀਂ ਨਿਕਲਿਆ ਅਤੇ ਇਹ ਸਵੇਰੇ ਲੜਾਈ ਤੋਂ ਆਪਸ 'ਚ ਘਰੇਲੂ ਕਲੇਸ਼ ਤੋਂ ਬਾਅਦ ਇਹਨੂੰ ਆਪਣੀ ਵਾਈਫ ਹਰਪ੍ਰੀਤ ਕੌਰ ਦਾ ਮਰਡਰ ਕਰਦਾ ਹੈ। ਹਸਬੈਂਡ ਦਾ ਨਾਂ ਜਗਸੀਰ ਸਿੰਘ ਹੈ ਅਤੇ ਉਸ ਤੋਂ ਮੌਕੇ 'ਤੇ ਮੌਜੂਦ ਉਹਦਾ ਭਰਾ ਸੀਗਾ ਆਪਣੇ ਹਿਦਾ ਹਰਪ੍ਰੀਤ ਕੌਰ ਦਾ ਅਤੇ ਉਹ ਵਕੀਲ ਸਿੰਘ। ਵਕੀਲ ਸਿੰਘ ਦੇ ਬਿਆਨਾਂ 'ਤੇ ਦੱਸੀ ਇਹਦੇ ਉੱਤੇ 302 IPC ਦਾ ਪਰਚਾ ਦਰਜ ਕਰਤਾ ਅਤੇ ਫੜ ਦੋਸ਼ੀ ਨੂੰ ਬਹੁਤ ਜਲਦੀ ਫੜ ਲਾਂਗੇ। ਭੱਜਿਆ ਹੋਇਆ ਅਤੇ ਅੱਜ ਪੋਸਟਮਾਰਟਮ ਕਰਾ ਕੇ ਅਗਲੀ ਤਫਤੀਸ਼ ਅਮਲ 'ਚ ਲਿਆ। ਇਹ ਪਤਾ ਲੱਗਿਆ ਕਿ ਪਹਿਲੇ ਵੀ ਪਰ ਪੰਚਾਇਤੀ ਤੌਰ 'ਤੇ 2-3 ਵਾਰ ਹੋਇਆ, 1-2 ਵਾਰ ਆਪਸ 'ਚ ਹੱਥੋਂ ਪਏ ਵੀ ਹੋਏ ਨੇ, ਕੁੱਟੀ ਵੀ ਆ ਕੁੜੀ ਪਹਿਲੇ ਵੀ ਅਤੇ ਹੋਇਆ ਤਾਂ ਪਹਿਲਾਂ ਚੱਲ ਰਿਹਾ ਸੀ, ਕਾਫੀ ਟਾਈਮ ਤੋਂ ਚੱਲ ਰਿਹਾ ਸੀ।